22 ਤਰੀਕ ਨੂੰ ਵਰਲਡ ਕੱਪ ਹੋਣ ਜਾ ਰਿਹਾ ਕਬੱਡੀ ਦਾ, ਪੂਰੀ ਦੁਨੀਆ ਤੋਂ ਟੀਮਾਂ ਆ ਰਹੀਆਂ, ਪਾਕਿਸਤਾਨ ਦੀ ਵੀ ਟੀਮ ਗਈ ਆ, ਟੀਮ ਸਿਲੈਕਸ਼ਨ ਹੋਈ ਆ, ਤੁਸੀਂ ਕੀ ਦੇਖਦੇ ਹੋ ਪਾਕਿਸਤਾਨ ਦੀ ਕੈਸੀ ਟੀਮ ਸਿਲੈਕਟ ਕੀਤੀ ਗਈ ਆ? ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਗਰੁੱਪਿੰਗ ਦੇ ਇਸ਼ੂਜ਼ ਇੰਟਰਨੈਟ ਤੇ ਕਾਫੀ ਵਾਇਰਲ ਹੋਏ ਕਿ ਜੀ ਫਲਾਂ ਗਰੁੱਪ ਨੇ ਉਹਨੂੰ ਰੋਕਤਾ, ਫਲਾਂ ਗਰੁੱਪ ਨੇ ਦੂਸਰੇ ਖਿਲਾੜੀਆਂ ਨੂੰ ਰੋਕਤਾ, ਤੁਸੀਂ ਕੀ ਦੇਖਦੇ ਹੋ ਐਜ਼ ਆ ਕਬੱਡੀ ਸਟਾਰ ਕਿ ਸਿਲੈਕਸ਼ਨ ਕੈਸੀ ਹੋਈ? ਦੇਖੋ ਜੀ, ਤੁਸੀਂ ਬਹੁਤ ਅੱਛਾ ਸਵਾਲ ਕੀਤਾ। ਇਹ ਮੈਂ ਤਕਰੀਬਨ ਇੱਕ ਸਾਲ ਇੱਕ ਮੈਂ ਆਊਟ ਰਿਹਾ ਪਾਕਿਸਤਾਨ ਤੋਂ, ਜਿਹਨਾਂ ਨੂੰ ਨਹੀਂ ਲੋਕਾਂ ਨੂੰ ਪਤਾ ਮੈਂ ਦੱਸ ਦੇਵਾਂ, ਮੈਂ ਸੁਲਾਉਣ ਗਿਆ ਸੀ ਆਪਣਾ ਡਿਪਾਰਟਮੈਂਟ ਦੇ ਨਾਲ। ਸਾਲ ਤੋਂ ਬਾਅਦ ਮੈਂ ਤਕਰੀਬਨ 2 ਵੀਕ ਹੋਏ ਮੈਂ ਵਾਪਸ ਆਇਆ, ਅਤੇ ਪਤਾ ਚੱਲਿਆ ਸੀ ਮੈਨੂੰ ਕੈਂਪ ਲੱਗਾ ਪਾਕਿਸਤਾਨ ਦਾ, ਐਕਸਰਸਾਈਜ਼ ਹੋ ਰਹੀ ਹੈ ਲੜਕੇ ਦੇ ਨਾਲ ਕੀ ਹੈ। ਅਤੇ ਹੁਣ ਮੈਂ ਇਹ ਨਹੀਂ ਗੱਲ ਕਹਿੰਦਾ ਵੀ ਮੇਰਾ ਹੋਣਾ ਉੱਥੇ ਜ਼ਰੂਰੀ ਸੀ। ਦੇਖੋ ਹੁਣ ਜਿਹੜੇ ਲੜਕੇ ਦੇ ਨਾਲ ਕੈਂਪ ਲੱਗਾ ਉਹ ਬਹੁਤ ਅੱਛੀ ਮਿਹਨਤ ਕਰ ਰਹੇ ਨੇ, ਸਾਰੇ ਅੱਛੇ ਨੇ, ਸਾਡੀ ਤਾਂ ਇਹੋ ਦੁਆ ਆ। ਅਸੀਂ ਤਾਂ ਆਪਣਾ ਮੈਸੇਜ ਦੇਣਾ ਚਾਹਾਂਗੇ ਜਿਹੜੀ ਟੀਮ ਜਿਹੜੀ ਸਿਲੈਕਸ਼ਨ ਜਿਹੜੀ ਹੋਈ ਹੈ, ਜਿਹਨੇ ਵੀ ਸਿਲੈਕਸ਼ਨ ਕੀਤੀ ਹੈ, ਜਿਹੜਾ ਵੀ ਕੋਚ ਹੈ ਆਪਣਾ ਸ਼ਹਿਜ਼ਾਦ ਅਲੀ ਢਿੱਲੂ ਹੈ ਜਾਂ ਫਰਿਆਦ ਹੈ ਜਾਂ ਆਪਣੇ ਸਾਡੇ ਸੈਕਟਰੀ ਨੇ ਪਾਕਿਸਤਾਨ ਦੇ ਰਾਣਾ ਸਰਵਰ ਸਾਹਿਬ, ਜੋ ਵੀ ਉਹਨਾਂ ਨੇ ਮੈਨੇਜਮੈਂਟ ਕਮੇਟੀ ਨੇ ਜੋ ਵੀ ਟੀਮ ਸਿਲੈਕਟ ਕੀਤੀ ਹੈ ਉਹ ਵਧੀਆ ਕੀਤੀ ਹੈ। ਉਸ ਤੋਂ ਬਾਅਦ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਵੀ ਜਿਹੜੀ ਟੀਮ ਸਿਲੈਕਟ ਹੋ ਕੇ ਜਾ ਰਹੀ ਹੈ, ਸਾਡੀਆਂ ਦੁਆਵਾਂ ਉਹਨਾਂ ਦੇ ਨਾਲ ਹੈ, ਕੋਈ ਐਸੀ ਗੱਲ ਨਹੀਂ ਕਿ ਮੈਂ ਟੀਮ ਦੇ ਵਿੱਚ ਨਹੀਂ, ਅਤੇ ਲੇਕਿਨ ਸਾਡੀਆਂ ਦੁਆਵਾਂ ਉਹਨਾਂ ਦੇ ਨਾਲ ਹੈ। ਅਸੀਂ ਤਾਂ ਇਹੋ ਹੀ ਮੈਸੇਜ ਦੇਣਾ ਚਾਹਾਂਗੇ ਕਿ ਅਗਰ ਤੁਸੀਂ ਜਿਹੜਾ ਮੈਂ ਮਸਲ ਕੋ ਫਸਟ ਮੈਚ ਇੱਕ ਦਿਨ ਦੇ ਵਰਲਡ ਕੱਪ ਆ, ਸਿਰਫ 22 ਤਰੀਕ ਨੂੰ ਆ ਅਤੇ 22 ਨੂੰ ਖਤਮ ਹੋ ਜਾਣਾ, ਅਤੇ ਮੈਂ ਇੱਕ ਪਲੇਅਰਾਂ ਨੂੰ ਮੈਸੇਜ ਦੇਣਾ ਚਾਹਾਂਗਾ ਵੀ ਜਿਹੜਾ ਤੁਹਾਡਾ ਫਸਟ ਮੈਚ ਹੈ ਅਤੇ ਕੋਸ਼ਿਸ਼ ਕਰੋ ਵੀ ਮਸਲ ਜੇਕਰ ਕੋਈ ਟੀਮ ਨਾਰਮਲ ਹੈ ਤਾਂ ਕੋਸ਼ਿਸ਼ ਕਰੋ ਵੀ ਜਿਹੜੇ ਸੀਨੀਅਰ ਪਲੇਅਰ ਜਿਹੜੇ ਖੇਡਣ ਵਾਲੇ ਉਹ ਆਪਣੇ ਆਪ ਨੂੰ ਵਾਰਮ ਅਪ ਵੀ ਨਾ ਕਰਨ। ਦੂਸਰਾ ਅਗਰ ਮੈਚ ਉਸ ਤੋਂ ਦੂਸਰਾ ਮੈਚ ਟਫ ਮੈਚ ਆਉਂਦਾ ਉਹਦੇ ਵਿੱਚ ਕੋਸ਼ਿਸ਼ ਕਰਨ ਵੀ ਜਿਹੜਾ ਪਹਿਲਾ ਹਾਫ ਹੈ ਉਹ ਆਪਣਾ ਖੇਡਣ ਅੱਛੇ ਤਰੀਕੇ ਨਾਲ, ਅਤੇ ਜੇ ਪੁਆਇੰਟ ਕੋਈ 10-12 ਦੀ ਲੀਡ ਬਣ ਗਈ ਹੈ ਤਾਂ ਫਿਰ ਆਪਣਾ ਦੂਸਰੇ ਯੂਨੀਅਨ ਪਲੇਅਰਾਂ ਨੂੰ ਮੌਕਾ ਦੇਣ। ਅਗਰ ਤੁਹਾਡਾ ਇਹਨਾਂ ਦਾ ਮੈਚ ਸੈਮੀਫਾਈਨਲ, ਦੇਖੋ ਸੈਮੀਫਾਈਨਲ ਮੈਚ ਫਾਈਨਲ ਮੈਚ ਤੋਂ ਵੀ ਬਹੁਤ ਅਹਿਮ ਹੁੰਦਾ, ਠੀਕ ਹੈ। ਸੈਮੀਫਾਈਨਲ ਮੈਚ ਜੇ ਅਗਰ ਇਹਨਾਂ ਦਾ ਈਰਾਨ ਨਾਲ ਆਉਂਦਾ ਤਾਂ ਫਿਰ ਈਰਾਨ ਦੀ ਟੀਮ ਨੂੰ ਸਾਡੇ ਯੂਨੀਅਨ ਪਲੇਅਰ ਵੀ ਜਿੱਤ ਸਕਦੇ ਨੇ, ਕਿਉਂਕਿ ਉਹ ਉਹਨਾਂ 'ਚ ਬਹੁਤ ਜ਼ਿਆਦਾ ਪਾਵਰ ਹੈ ਲੇਕਿਨ ਉਹਨਾਂ 'ਚ ਟੈਕਨੀਕ ਨਹੀਂ ਹੈ। ਅਤੇ ਸਾਡੇ ਜਿਹੜੇ ਸੀਨੀਅਰ ਪਲੇਅਰ ਜਿਨ੍ਹਾਂ ਨੇ ਅਗਾਂਹ ਫਾਈਨਲ ਖੇਡਣਾ ਉਹਨਾਂ ਦੇ ਨਾ ਮਸਲ ਸੱਟ ਚੋਟ ਤੋਂ ਬਚਣ, ਉਹਨਾਂ ਨਾਲ ਜ਼ੋਰ ਜ਼ਿਆਦਾ ਨਾ ਲਾਉਣ, ਟੈਕਨੀਕ ਨਾਲ ਖੇਡਣ, ਅਤੇ ਦੂਸਰਾ ਫਾਈਨਲ ਮੈਚ ਵਾਸਤੇ ਬਚਣ। ਅਤੇ ਫਾਈਨਲ ਮੈਚ ਦੇ ਵਿੱਚ ਜਿਹੜੇ ਨਾ ਮਸਲ ਫਾਈਨਲ ਮੈਚ ਪਹਿਲੇ ਆਪਣੀ ਬਾਡੀ ਨੂੰ ਮੁਕੰਮਲ ਰੈਸਟ ਦੇਣ, ਆਪਣਾ ਕੋਈ ਐਨਰਜੀ ਵਾਲੀ ਚੀਜ਼ ਜਿਹੜੇ ਨਾ ਯੂਜ਼ ਕਰਨ ਜਿਹਦੇ ਨਾਲ ਮਸਲ ਉਹਨਾਂ ਦੇ ਜਿਸਮ ਦੇ ਵਿੱਚ ਐਨਰਜੀ ਰਹੇ ਅਤੇ ਥੋੜ੍ਹਾ ਜਿਹਾ ਬਾਡੀ ਐਨਰਜੀ ਵਾਲੇ ਮਸਲ ਇਹੋ ਐਨਰਜੀ ਵਾਲੀ ਚੀਜ਼ ਵੀ ਕੇਲਾ ਜਿਹੜੇ ਨਾ ਸਭ ਤੋਂ ਪਹਿਲੇ ਜਿਹੜੀ ਹੈ ਨਾ ਫਸਟ ਜਿਹੜੇ ਨਾ ਫਸਟ ਟਾਈਮ ਜਿਹੜੀ ਐਨਰਜੀ ਹੁੰਦੀ ਹੈ ਨਾ ਫੋਰਨ ਤੋਂ ਪਹਿਲੇ ਜਿਹੜੇ ਕਹਿੰਦੇ ਨੇ ਐਨਰਜੀ ਉਹ ਕੇਲੇ ਵਿੱਚ ਹੈ। ਅਤੇ ਮੈਂ ਇਹੋ ਮਸ਼ਵਰਾ ਦੇਣਾ ਚਾਹਾਂਗਾ ਵੀ ਕੇਲੇ ਤੋਂ ਵੱਧ ਕੇ ਜਿਹੜੀ ਐਨਰਜੀ ਉਹ ਕਿਸੇ ਦੀ ਵੀ ਨਹੀਂ ਹੈ। ਕੇਲਾ ਦੇ ਨਾਲ ਅੱਗੇ 2-2 ਜਾਂ 3-3 ਜਾਂ 4-4 ਜਿੰਨੇ ਵੀ ਉਹ ਖਾ ਕੇ ਨਾ ਤਾਂ ਬਾਡੀ ਨੂੰ ਮੁਕੰਮਲ ਰੈਸਟ ਦੇਣੀ, ਯਾਨੀ ਕਿ ਪਲੇਅਰਾਂ ਨੂੰ ਕੋਈ ਡਿਸਟਰਬ ਨਾ ਕਰੇ, ਇੱਕ ਰੂਮ ਦੇ ਵਿੱਚ ਆਪਣੇ ਰੈਸਟ ਕਰਨ, ਯਾਨੀ ਕਿ ਉਹ ਜੇ ਉਹਨਾਂ ਨੂੰ 1 ਘੰਟਾ ਜਾਂ 2 ਘੰਟੇ ਰੈਸਟ ਮਿਲਦੀ ਹੈ ਨਾ ਉਹ ਮੁਕੰਮਲ ਜਿਹੜੇ ਨਾਲ ਸੌ ਜਾਣ, ਠੀਕ ਹੈ ਨਾ। ਸੌਣ ਤੋਂ ਬਾਅਦ ਉੱਠਣ ਆਪਣਾ ਫਰੈਸ਼ ਹੋ ਕੇ ਫਿਰ ਫਾਈਨਲ ਖੇਡਣ, ਤਾਂ ਉਹ ਦਿਲ ਲਾ ਕੇ ਔਰ ਆਪਣੇ ਆਪ ਨੂੰ ਸਹੀ ਜਿਹੜੇ ਨਾਲ ਮਸਲ ਮਜ਼ਬੂਤ ਕਰਕੇ, ਕੋਈ ਵੀ ਐਸੀ ਗਲਤੀ ਨਹੀਂ ਹੋਣੀ ਚਾਹੀਦੀ, ਅਤੇ ਹਰ ਇੱਕ ਪੁਆਇੰਟ ਕੀਮਤੀ ਸਮਝ ਕੇ ਅਤੇ ਵਰਲਡ ਕੱਪ ਜਿੱਤ ਕੇ ਆਉਣ ਇਨਸ਼ਾ ਅੱਲਾਹ। ਠੀਕ ਹੈ, ਮੇਰੇ ਸ਼ਹਿਰ ਪ੍ਰੋਗਰਾਮ ਦੀ ਟੀਮ ਤੁਹਾਡੇ ਕੋਲ ਹਾਜ਼ਰ ਹੋਈ, ਤੁਹਾਡੇ ਨਾਲ ਗੱਲਬਾਤ ਕੀਤੀ, ਮਿਲੇ ਹਾਂ, ਅਤੇ ਤੁਸੀਂ ਕੈਸਾ ਮਹਿਸੂਸ ਕੀਤਾ ਸਾਡੇ ਪ੍ਰੋਗਰਾਮ ਦੇ ਬਾਰੇ 'ਚ, ਸਾਡੇ ਪ੍ਰੋਗਰਾਮ ਦੀ ਵਸਾਤਤ ਨਾਲ ਸਾਡੇ ਨਾਜ਼ਰੀਨ ਵਾਸਤੇ ਕੋਈ ਪੈਗਾਮ ਸ਼ੇਅਰ ਕਰੋ? ਨਹੀਂ, ਅਸੀਂ ਤਾਂ ਆਪਣਾ ਮੈਂ ਤਾਂ ਤੁਹਾਨੂੰ ਅੱਗੇ ਪਹਿਲੇ ਫਸਟ ਟਾਈਮ ਗੱਲ ਦੱਸੀ ਹੈ ਵੀ ਇਨਸ਼ਾਅੱਲਾ ਤਾਲਾ ਅੱਲਾਹ ਦੇ ਹੁਕਮ ਨਾਲ ਮਿਲਦੇ ਵੀ ਰਹਾਂਗੇ ਔਰ ਨੈਕਸਟ ਟਾਈਮ ਤੁਸੀਂ ਵੀ ਸਾਡੇ ਕੋਲ ਚੱਕਰ ਲਾਉਂਦੇ ਰਹੋ ਅਤੇ ਅਸੀਂ ਵੀ ਤੁਹਾਡੇ ਨਾਲ ਰਾਬਤੇ 'ਚ ਰਹਾਂਗੇ। ਅਤੇ ਮੈਸੇਜ ਇਹੋ ਹੀ ਆ, ਮਸਲਨ ਮੈਂ ਯੰਗ ਬਲੱਡ ਨੂੰ ਜਿਹੜੇ ਮਸਲ ਸਾਡੇ ਯੰਗ ਸਟਾਰ ਨੇ ਅਸੀਂ ਮੈਂ ਤਾਂ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹਾਂ, ਕਿਉਂਕਿ ਵਕਤ ਤੋਂ ਪਹਿਲੇ ਜਿਹੜੇ ਅੱਗੇ ਆਉਣਾ ਚਾਹੁੰਦੇ ਨੇ, ਮੈਂ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹਾਂਗਾ ਆਪਣੇ ਵੀਰਾਂ ਨੂੰ, ਛੋਟੇ ਭਰਾਵਾਂ ਨੂੰ, ਕਿ ਮਿਹਨਤ ਕਰੋ, ਅੱਲਾਹ ਦੀ ਜਾਤ ਕਿਸੇ ਦੀ ਮਿਹਨਤ ਨਹੀਂ ਰੱਖਦੀ ਅਤੇ ਮਿਹਨਤ ਨਾਲ ਹੀ ਸਭ ਕੁਛ ਹੈ। ਬਗੈਰ ਮਿਹਨਤ ਤੋਂ ਜੇ ਬੰਦਾ ਕਹੇ ਵੀ ਮੈਂ ਗਰਾਊਂਡ ਦੇ ਵਿੱਚ ਇੱਜ਼ਤ, ਜਾਂ ਕੋਈ ਵੀ ਬੰਦਾ ਕੋਈ ਵੀ ਮਸਲ ਕੰਮ ਹੈ ਜਾਂ ਕੋਈ ਕਾਰੋਬਾਰ ਕਰਦਾ ਉਹ ਬਗੈਰ ਮਿਹਨਤ ਤੋਂ ਨਹੀਂ ਹੁੰਦਾ। ਅਤੇ ਮੈਂ ਇਹੋ ਮੈਸੇਜ ਦੇਣਾ ਚਾਹਾਂਗਾ ਵੀ ਦਿਲ ਲਾ ਕੇ ਆਪਣੀ ਮਿਹਨਤ ਕਰਨ, ਆਪਣੀ ਇਮਾਨਦਾਰੀ ਨਾਲ ਔਰ ਅੱਛੀ ਖੁਰਾਕ ਖਾਣ, ਵਧੀਆ ਐਕਸਰਸਾਈਜ਼ ਕਰਨ, ਅਤੇ ਉਹ ਦਿਨ ਦੂਰ ਨਹੀਂ ਆਇਆ ਜਿਸ ਦਿਨ ਨੂੰ ਅਸੀਂ ਵੀ ਉਹ ਪਾਕਿਸਤਾਨ ਟੀਮ ਦੇ ਜਿਹੜੇ ਨਾ ਮੈਂਬਰ ਨਾ। ਠੀਕ ਹੈ ਜੀ, ਬਹੁਤ ਸ਼ੁਕਰੀਆ ਸਰਜਾਨ ਭਾਈ, ਤੁਸੀਂ ਅੱਜ ਸਾਡੇ ਨਾਲ ਪ੍ਰੋਗਰਾਮ 'ਚ ਟਾਈਮ ਦਿਆ ਸਾਨੂੰ, ਬਹੁਤ ਮਿਹਰਬਾਨੀ।